ਆਓ ਬੀਬੀ ਬੈਠਾ ਮਾਨ ਸਿੰਘ ਬਣ ਗਈ ਧਰਤੀ ਦਾ ਮੇਰੇ ਵੀਰੋ। ਹੱਟ ਬੰਦ ਗਈ ਹੈ ਕਾਲੇ ਸੰਘਿਆ ਦੇ ਕਬੱਡੀ ਕੱਪ ਤੇ ਹੋਰ ਅੱਖਾਂ ਫੇਰ ਉਸੇ ਕੱਪੂ ਨੇ ਮੇਰੇ ਕੋਲ ਤਗੜਾ ਪਾ ਲਿਆ ਇੱਕ ਪਾਸੇ ਤੋਤੇ ਵਾਲਾ ਕਬੱਡੀ ਪਾਉਂਦਰੀ ਵਧਿਆ ਹੋਇਆ ਨਵੀਂ ਪੁੱਗਾ ਵਾਲਿਆ ਹਾਂ ਪੁੱਗਾ ਵਾਲਿਆ ਤੇਰੇ ਪ੍ਰਮੋਟਰਾਂ ਦਾ ਤੇਲ ਹੈ ਕੱਲ ਏਦਾਂ ਨੀ ਮੰਗੀ ਪਰ ਦੇਖੋ ਗੱਡੀਆਂ ਵਾਲਾ ਕਬੱਡੀ ਪਾਉਂਦਰੀ ਖੇਡ ਮੈਦਾਨ ਚ ਵੱਧ ਗਿਆ ਆਹ ਮੁੰਡਾ ਵੀ ਭਾਵੇਂ ਚੜ੍ਹਦੀ ਉਮਰ ਹੈ ਪਰ ਕਬੱਡੀਆਂ ਦੇ ਰਹੀ ਉਹ ਟੌਪ ਦੀਆਂ ਪਾ ਲਿਆ ਵੱਡਾ ਸੈਟ ਹੈ ਸਾਹਮਣੇ ਸ਼ਾਹਕੋਰ ਦੀ ਟੀਮ ਦਾ ਹੋਰ ਦੇਖੋ ਛੋਟਾ ਸੋਰ ਤੇ ਦੱਸੀ ਵੱਡਾ ਭਰਾ ਫੱਦੀ ਦਾ ਆਹ ਮੁੰਡਾ ਬੜਾ ਤੇਜ਼ ਹੈ ਆਹ ਘਰ ਹਮ ਸਾਹਮਣੇ ਖੇਡ ਮੈਦਾਨ ਚ ਵੱਧਿਆ ਹੋਇਆ ਹੈ ਆਹ ਕਹਿੰਦੇ ਨਵੂ ਟੀਮਾਂ ਨੂੰ ਬੰਦੀ ਪਾਉਣ ਦੇ ਲਈ ਅੱਗੇ ਵੱਧ ਵੱਧਦਾ ਹੋਇਆ ਹੈ ਕੁਰਸੀ ਵਾਲਾ ਤਜੁਫਾ ਉਹ ਸੋਰ ਓਏ ਇੱਕ ਦਫਾ ਉਹ ਤਰਸ਼ਾ ਦੀ ਮੰਗ ਹੈ ਉਹ ਬੰਦੇ ਬੰਦੇ ਹੋ ਗਈ ਮਿੱਤਰੋ ਫਰਦੀ ਸੰਗ ਬੰਦੇ ਦਾ ਦੇਖ ਦੇ ਪਰ ਜਿਹੜੇ ਵੀਰੋ ਟੁਕੜਾ ਵਾਲਾ ਖੁੱਲੀ ਨਿਰਮਲ ਸਿੰਘ ਪੰਜ ਦਾ ਪੁੱਤ ਮੇਰੇ ਵੀਰੋ ਆਖਿਰ ਕਬੱਡੀ ਦਾ ਵੱਡਾ ਵੱਲ ਹੈ ਹਰ ਦੁਨੀਆਂ ਦਵਾਈ ਹੈ ਲਾਡੀ ਦੱਸੋ ਵਾਲੀ ਦਾ ਨੰਬਰ ਧਰਮਪੁਰੇ ਵਾਲਾ ਕਰਵਿੰਦਰ ਮੇਰੇ ਵੀਰੋ ਇਸ ਨੇ ਕਬੱਡੀ ਪਾਉਣ ਲਈ ਖੇਡ ਮੈਦਾਨ ਚ ਵਧਿਆ ਹੈ ਆਹ ਮੁੰਡੇ ਨੇ ਨਿਊਜ਼ੀਲੈਂਡ ਵਿੱਚ ਵੀ ਸਿਰਾ ਕੀਤਾ ਹੈ ਆਹ ਮੁੰਡਾ ਕੈਨੇਡਾ ਵੀ ਬੱਲੇ ਬੱਲੇ ਤਬਾਹ ਕਿਆ ਹੈ ਇੱਧਰ ਪਾਉਣ ਨੂੰ ਪਾਉਣ ਹੈ ਮੁੰਡੇ ਦੀ ਖੇਡ ਅੱਗੇ ਵੱਲ ਵਾਧਾ ਹੋਇਆ ਤੇ ਦੂਜੇ ਪਾਸੇ ਤੁੱਕਾ ਮਾਰਿਆ ਪਿੱਛੇ ਵਰਗੇ ਹੋ ਖੁਸ਼ੀ ਵਰਗੇ ਹੋ ਚਾਰ ਪੁੱਤਰ ਖੇਡ ਤੇ ਫੈਸਲਾ ਡਬਲ ਟੱਕ ਦਾ ਨੰਬਰ ਰੇਟਰ ਦੇ ਕਬਜ਼ੇ ਦੇ ਵਿੱਚ ਹੈ ਖਬਰੇ ਸੁਣਦਾ ਹੋਇਆ ਅੱਜ ਦੇ ਕਬੱਡੀ ਕੱਪ ਦਾ ਜਿਹੜਾ ਪਹਿਲਾ ਨਾਮ ਹਰਿੰਦਰ ਵਾਸੀ ਸੁੱਖਾ ਵਾਸੀ ਕਨੇਡਾ ਉਹਨਾਂ ਵੱਲੋਂ ਦਿੱਤਾ ਜਾਣਾ ਤੇ ਦੂਜਾ ਨਾਮ ਢੇਸੀ ਮੰਗ ਅਮਨ ਢੇਸੀ ਸੁੱਖਾ ਢੇਸੀ ਦੇ ਗੁਰਦਾ ਢੇਸੀ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਭਾਈਸਾ ਨੂੰ ਮੋਟਰਸਾਈਕਲ ਤੇ ਨਾਲ 25-25 ਹਜ਼ਾਰ ਮੇਰੇ ਵੀਰੋ ਸਾਡੇ ਸੁਖਾਲ ਸਾਹਮਣੇ ਸਾਹਮਣੇ ਕਬੱਡੀ ਪਾਉਂਦ ਨਹੀਂ ਬਣਿਆ ਉਧਰ ਅਗਰਾਮ ਵਾਲੇ ਨਿਊਜ਼ੀਲੈਂਡ ਤੋਂ ਸ਼ੀਲਾ ਭਰਾ ਪੁੱਜੇ ਹੋਏ ਹੈਪੀ ਦਾ ਧੰਨਵਾਦ ਹੈ ਪਰ ਲੋਕ ਸੱਦੂ ਜੀ ਬੈਠੇ ਹੈ ਉਹਨਾਂ ਦੀ ਟੀਮ ਖੜਦੀ ਹੈ ਆਓ ਸਾਹਮਣੇ ਦੇਖੋ ਮੈਚ ਬਾਹਰ ਹੀ ਚੁੱਕੀ ਹੈ ਮਸਲਾ ਰੁਕੀ ਹੈ
ਬਜਿੰਦਰ ਵਾਸੀ ਜੀ ਅੱਜ ਛੋਟੀ ਛੁੱਟੀ ਆਏ ਹੈ, ਇਹ ਮਾਣ ਵਾਲੀ ਗੱਲ ਹੈ, ਇਹ ਮਾਣ ਵਾਲੀ ਗੱਲ ਸੀ। ਜਮੀ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਸਾਡੀ ਵੀ ਸਕਾਰ ਕਰ ਲੂ। ਇਹ ਅੱਜ ਕਰਵਿੰਦਰ ਕਹਿੰਦੇ ਸਰਵੇਰਾ ਦੀ ਧਰਤੀ ਹੈ, ਇਹ ਮਾਨ ਸਿੰਘ ਤੋਂ ਚੱਲ ਕੇ ਆਇਆ ਅੱਜ ਦੁਆਬੇ ਦੇ ਵਿੱਚ ਸਰਹਾਲੀ ਇੱਕ ਸ਼ੇਰ ਹੁੰਦੀ ਹੈ,
ਇੱਕੀ ਸ਼ੇਰ ਦੀ ਗਾਲ ਇੱਕ ਬੱਬਰ ਸ਼ੇਰ ਵਿੱਚ ਹੁੰਦੀ ਹੈ। ਇਹ ਸਾਡੀ ਖੇਡ ਬਣੀ ਹੈ। ਬੱਬਰ ਸ਼ੇਰ ਅੱਜ ਸੁਹਾਰੀ ਵਿੱਚ ਭੇਟਾ ਵਾਲਾ ਰੱਖਣੀ ਹੈ। ਇਹ ਸਾਡੀ ਮਾਂ ਖੇਡ ਹੈ। ਇਹਨੂੰ ਮਾਂ ਖੇਡ ਆਪਾਂ ਬਣਾ ਕੇ ਰੱਖਣਾ ਹੈ। ਲੋਕ ਕਸ਼ੂ ਕੋਈ ਉੱਤੇ ਹੁਣ ਸੁੱਖ ਹੈ, ਬਾਜਾ ਬੜਾ ਪੈਂਦਾ ਹੈ, ਇੱਕ ਪਾਸੇ ਵੇਖਣ ਲਈ ਨਾਜ਼ਰ ਕਰੋ, ਰੋਟੀ ਦਾ ਸੋਹ ਲੱਗਾ ਹੋਇਆ ਜਿਹਨੇ ਚੋਟੀ ਚੋਟੀ ਰੱਖੀ ਹੈ। ਪਰ ਆਇਆ ਨਹੀਂ ਆ ਗਿਆ